ਗੱਲਬਾਤ ਜੀ ਦੇਖੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲੈਂਗੁਏਜ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਅੱਜ ਕੁਝ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਇੱਕ ਮੁੱਦਾ ਸਰੀ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਆ ਜਾਂ ਟੀਚਰ ਆ ਜਾਂ ਸਕੂਲ ਆ ਉਹਦੇ ਬਾਰੇ ਕੁਝ ਗੱਲਬਾਤ ਕਰਨੀ ਹੈ ਦੂਜੀ ਗੱਲਬਾਤ ਕਰਨੀ ਹੈ ਵੀ ਕੈਦੀ ਦੇ ਨਾਲ ਜੇਲ੍ਹ ਦੇ ਵਿੱਚ ਧੱਕਾ ਕੀਤਾ ਗਿਆ ਮੂਲ ਨਿਵਾਸੀ ਸਿਗਾ ਉਹ ਵੀਡੀਓ ਸਾਹਮਣੇ ਆਈ ਹੈ ਤੀਜੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਨੀ ਹੈ ਕੈਨੇਡਾ 'ਚ ਵੇਪਿੰਗ ਦੇ ਮਾਮਲੇ ਵਧ ਰਹੇ ਆ ਤੇ ਚੌਥੀ ਗੱਲਬਾਤ ਆਪਾਂ ਕਰਾਂਗੇ ਕਿ ਕੈਨੇਡਾ ਦੇ ਵਿੱਚ ਬਜ਼ੁਰਗ ਹਵਾਤਾਵਰਨ ਨੂੰ ਬਚਾਉਣ ਦੇ ਲਈ ਅੱ ਸਰਬ ਤੋਂ ਪਹਿਲੀ ਗੱਲਬਾਤ ਸਰੀ ਦੇ ਬਾਰੇ ਸਰੀ ਇੱਕ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਸ਼ਹਿਰ ਆ ਕੈਨੇਡਾ ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਤੇ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ ਬਹੁਤ ਸਾਰੇ ਲੋਕ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਸਾਲ ਇੱਥੇ ਆਉਂਦੇ ਆ 1000 ਕੁ ਬੰਦਾ ਮਹੀਨੇ ਦਾ ਐਵਰੇਜ ਮੰਨਿਆ ਜਾਂਦਾ ਕਿ ਸਰੀ ਦੇ ਵਿੱਚ ਨਵਾਂ ਆ ਜਾਂਦਾ ਸ਼ਹਿਰ ਛੋਟਾ ਜਿਹਾ ਆ ਪਰ ਬੰਦੇ ਜਿਹੜੇ ਹਰ ਸਾਲ ਕਿਉਂਕਿ 1000 ਬੰਦਾ ਨਵਾਂ ਆ ਰਿਹਾ ਤੇ ਪੋਪੂਲੇਸ਼ਨ ਹੌਲੀ ਹੌਲੀ ਇਹਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਬੀਸੀ ਦਾ ਸ਼ਹਿਰ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾਣਾ ਇੱਥੇ ਸਕੂਲਾਂ ਦੇ ਵਿੱਚ ਇੱਕ ਸਮੱਸਿਆ ਆ ਰਹੀ ਆ ਅੱਜ ਅਸਲਤ ਗੱਲ ਕੀ ਆ ਸਰਕਾਰੀ ਕਾਉਂਸਲ ਨੇ ਡਿਕਲੇਅਰ ਕਰ ਦਿੱਤਾ ਕਿ ਜਿਹੜੇ ਸਕੂਲਾਂ ਦੇ ਇਨਫਰਾਸਟ੍ਰਕਚਰ ਆ ਉਹ ਕ੍ਰਾਈਸਿਸ ਲੈਵਲ ਦੇ ਉੱਤੇ ਪਹੁੰਚ ਚੁੱਕਿਆ ਜਿਹੜੀ ਸਟੇਟ ਆਫ ਸਕੂਲ ਇਨਫਰਾਸਟ੍ਰਕਚਰ ਕ੍ਰਾਈਸਿਸ ਇਹ ਕਾਉਂਸਲ ਕਹਿ ਰਹੀ ਆ ਗੱਲਬਾਤ ਇਹਦੇ ਨਾਲ ਸਿੱਧਾ ਅਸਰ ਕਿਹਦੇ ਤੇ ਪੈ ਰਿਹਾ ਬੱਚਿਆਂ ਦੀ ਪੜ੍ਹਾਈ ਦੇ ਉੱਤੇ BC ਦਾ ਲਾਰਜੈਸਟ ਸਕੂਲ ਡਿਸਟ੍ਰਿਕਟ ਆ ਸਰੀ ਤੇ ਵਾਰਨਿੰਗ ਉਹਨਾਂ ਨੇ ਇਹ ਦਿੱਤੀ ਆ ਕਿ ਜਿਹੜੇ ਡਬਲ ਡੈਕਰ ਪੋਰਟੇਬਲ ਆ ਜੇ ਹੋਰ ਪੈਸਾ ਨਾ ਆਇਆ ਪ੍ਰੋਵਿੰਸ ਤੋਂ ਤੇ ਇਸੇ ਤਰ੍ਹਾਂ ਰੱਖਣੇ ਪੈਣਗੇ ਹੁਣ ਪੋਰਟੇਬਲ ਦਾ ਮਤਲਬ ਕੀ ਆ ਕਿ ਇੱਕ ਗਿਣਤੀ ਆ ਬੱਚਿਆਂ ਦੀ ਉਸ ਕਲਾਸਰੂਮ ਦੇ ਵਿੱਚ ਬੈਂਦੇ ਕਲਾਸਰੂਮ ਮਤਲਬ ਜਿੱਦਾਂ ਆਪਣੇ ਘਰ ਆ ਤੇ ਹੋਰ ਸਾਰਾ ਕੁਝ ਆ ਪ੍ਰੋਪਰ ਕਲਾਸਰੂਮ ਜਦੋਂ ਉਹਨਾਂ ਦੇ ਵਿੱਚ ਗਿਣਤੀ ਵੱਧ ਜਾਂਦੀ ਆ ਤਾਂ ਫਿਰ ਉਹ ਸਕੂਲ ਨੂੰ ਪੋਰਟੇਬਲ ਲਿਆਉਣੇ ਪੈਂਦੇ ਆ ਪੋਰਟੇਬਲ ਦਾ ਮਤਲਬ ਹੈ ਬਾਹਰ ਇੱਕ ਟੈਂਪਰੇਰੀ ਅਰੇਂਜਮੈਂਟ ਬਣਾ ਕੇ ਦਿੰਦੇ ਹਾਲਾਂਕਿ ਉਹਦੇ ਵਿੱਚ ਸਾਰਾ ਕੁਝ ਹੁੰਦਾ ਸਹੂਲਤਾਵਾਂ ਵਾਂਗੂ ਉਹਦੇ ਵਿੱਚ ਵੀ ਹੁੰਦੀਆਂ ਪਰ ਪੋਰਟੇਬਲ ਪੋਰਟੇਬਲ ਹੀ ਆ ਤੇ ਜਿਹੜਾ ਸਕੂਲ ਆ ਪ੍ਰੋਪਰੋ ਸਕੂਲ ਹੀ ਆ ਪੋਰਟੇਬਲ ਦਾ ਮੁੱਦਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇੱਥੇ ਬੜੇ ਲੰਬੇ ਸਮੇਂ ਤੋਂ ਵੀ ਪੋਰਟੇਬਲਸ ਨਹੀਂ ਹੋਣੇ ਚਾਹੀਦੇ ਪਹਿਲਾਂ ਲਿਬਰਲ ਸਰਕਾਰ ਸੀ ਲਿਬਰਲ ਵੀ ਐਨਡੀਪੀ ਕ੍ਰਿਟਿਸਾਈਜ਼ ਕਰਦੀ ਸੀ ਵੀ ਜੀ ਇਹ ਸਰਕਾਰ ਕੁਝ ਨਹੀਂ ਕਰਦੀ ਹੁਣ ਐਨਡੀਪੀ ਆ ਗਈ ਆ ਉਹ ਕ ਮਾਮਲਾ ਅਸਲ ਚ ਪਾਪੂਲੇਸ਼ਨ ਦਾ ਬਹੁਤ ਵੱਡਾ ਆ ਲੋਕ ਬਹੁਤ ਜ਼ਿਆਦਾ ਆ ਰਹੇ ਆ ਹੁਣ ਇੱਕ ਥਾਂ ਦੇ ਉੱਤੇ ਲੋਕ ਆਉਂਦੇ ਤੁਸੀਂ ਨੋਟਿਸ ਕਰੋ ਸਰੀ ਦੇ ਵਿੱਚ ਆਲੇ-ਦੁਆਲੇ ਜਿੱਥੇ ਇੱਕ ਏਕੜ ਏਕੜ ਦੀ ਲੋਟ ਹੁੰਦੀ ਸੀ ਫਿਰ ਅੱਧੇ ਏਕੜ ਦੀ ਰਹਿ ਗਈ ਲੋਕਾਂ ਨੇ ਵੇਚ ਕੇ ਦੋ ਘਰ ਬਣਾ ਲਏ ਉੱਥੇ ਤੇ ਹੁਣ ਤਿੰਨ ਚਾਰ ਘਰ ਰਲਾ ਕੇ ਤੇ ਉੱਥੇ 10 ਜਿਹੜੇ ਟਾਊਨ ਹਾਊਸ ਬਣ ਜਾਂਦੇ ਆ ਕਿੰਨੀ ਸਰੀ ਦਾ ਇੱਕ ਪੂਰੇ ਦਾ ਪੂਰਾ ਇਲਾਕਾ ਖਾਸ ਕਰ ਪੈਨੋਰੋਮਾ ਵੱਲ ਤੁਸੀਂ ਜਦੋਂ ਜਾਣੇ ਆ ਉੱਥੇ ਹਾਈਵੇ 10 ਦੇ ਉਰਲੇ ਪਾਸੇ ਸਾਰੇ ਦੇ ਸਾਰੇ ਉਹ ਟਾਊਨ ਹਾਊਸ ਬਣ ਗਿਆ ਉੱਥੇ ਔਰ ਇੰਨੇ ਟਾਊਨ ਹਾਊਸ ਔਰ ਕਿੰਨੀ ਪਾਪੂਲੇਸ਼ਨ ਉਹਨਾਂ ਦੇ ਵਿੱਚ ਹੋ ਗਈ ਆ ਤੇ ਉਹ ਪਾਪੂਲੇਸ਼ਨ ਹੁਣ ਕੀ ਜਿੰਨੀ ਉੱਥੇ ਪਾਪੂਲੇਸ਼ਨ ਹੋਈ ਆ ਜਾਂ ਜਿੱਥੇ 10 ਘਰ ਸੀਗੇ ਉੱਥੇ 40 ਬਣ ਗਏ ਟਾਊਨ ਹਾਊਸ ਤਾਂ ਕੀ ਉੱਥੇ ਪਾਰਕਾਂ ਉਹਨੀਆਂ ਬਣ ਗਈਆਂ ਜਾਂ ਕੀ ਉੱਥੇ ਜਿਹੜੇ ਸਕੂਲ ਸੀ ਉਹਨੇ ਬਣੇ ਨਹੀਂ ਬਣੇ ਤੇ ਫਿਰ ਹੋਣਾ ਕੀ ਸੀ ਪੋਰਟਬਲਸ ਵਧਣੇ ਸੀ ਉਹ ਉਸੇ ਤਰੀਕੇ ਦੇ ਨਾਲ ਵਧੀ ਜਾ ਰਹੇ ਆ ਹੁਣ ਮੇਅਰ ਨੇ ਅੱਜ ਜਿਹੜੀ ਗੱਲਬਾਤ ਦੱਸੀ ਆ ਜਿਹੜੀ ਮੰਡੇ ਕਾਉਂਸਲ ਮੀਟਿੰਗ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਸੀ ਜਿਹੜੀ ਸਰੀ ਸਕੂਲ ਡਿਸਟ੍ਰਿਕਟ ਦੇ ਤੇ ਮਿਨਿਸਟਰ ਆਫ ਹਾਊਸਿੰਗ ਤੇ ਮਿਨਿਸਟਰ ਆਫ ਐਜੂਕੇਸ਼ਨ ਐਂਡ ਚਾਈਲਡ ਕੇਅਰ ਇਹਦੇ ਉੱਤੇ ਕੰਮ ਕਹਿੰਦੇ ਕੀਤਾ ਜਾ ਰਿਹਾ ਸਕੂਲਾਂ ਦੇ ਇਨਫਰਾਸਟ੍ਰਕਚਰ ਦੀ ਸਰੀ ਦੇ ਵਿੱਚ ਹਾਲਤ ਕ੍ਰਾਈਸਿਸ ਲੈਵਲ ਦੇ ਉੱਤੇ ਪਹੁੰਚ ਚੁੱਕੀ ਆ ਇਹ ਸ਼ਬਦ ਸਰੀ ਦੇ ਮੇਅਰ ਬ੍ਰੈਂਡਾ ਲੋਕ ਦੇ ਨੇ ਇਹ ਆਮ ਲੋਕ ਤਾਂ ਪਹਿਲਾਂ ਵੀ ਕਹਿੰਦੇ ਆ ਵੀ ਹਾਲਤ ਮਾੜੀ ਆ ਕੁਛ ਨਾ ਕੁਛ ਕਰਨਾ ਚਾਹੀਦਾ ਪਰ ਹੁਣ ਜਦੋਂ ਸਰੀ ਦੀ ਮੇਅਰ ਦੇ ਹੀ ਇਹ ਕਹਿਣਾ ਆ ਕਿ ਜਿਹੜਾ ਇਨਫਰਾਸਟ੍ਰਕਚਰ ਆ ਉਹ ਐਸ ਵੇਲੇ ਕ੍ਰਾਈਸਿਸ ਲੈਵਲ ਦੇ ਉੱਤੇ ਪਹੁੰਚ ਚੁੱਕਾ ਸਹੂਲਤਾਂ ਹਨ ਸਕੂਲਾਂ 'ਚ ਕੈਨੇਡਾ ਇੱਕ ਐਡਵਾਂਸ ਦੇਸ਼ ਆ ਤੇ ਐਡਵਾਂਸ ਦੇਸ਼ਾਂ ਦੇ ਵਿੱਚ ਇਹ ਕੁਝ ਪੈਰਾਮੀਟਰ ਹੁੰਦੇ ਆ ਕੁਝ ਇੰਡੀਕੇਟਰ ਹੁੰਦੇ ਆ ਜਿਹੜੇ ਦੱਸਦੇ ਆ ਕਿ ਦੇਸ਼ ਐਡਵਾਂਸ ਹੈਗਾ ਕਿ ਨਹੀਂ ਹੈਗਾ ਐਜੂਕੇਸ਼ਨ ਉੱਥੇ ਦਾ ਮੁੱਖ ਮੁੱਦਾ ਹੁੰਦਾ ਐਜੂਕੇਸ਼ਨ ਸਫਰ ਕਰ ਰਹੀ ਹੈ ਸਾਡੀ ਇਹ ਬਹੁਤ ਇੱਕ ਮਤਲਬ ਜਿਹੜੀ ਸ਼ੌਕਿੰਗ ਨਿਊਜ਼ ਆ ਜਿਹਨੂੰ ਕਿਹਾ ਜਾ ਸਕਦਾ ਕਿ ਸਤੰਬਰ 2024 ਦੇ ਵਿੱਚ ਸਾਡੇ ਕੋਲ 400 ਪੋਰਟੇਬਲ ਹੋਣਗੇ ਸਰੀ ਦੇ ਵਿੱਚ ਬੋਰਡ ਆਫ ਐਜੂਕੇਸ਼ਨ ਲਗਾਤਾਰ ਐਡਵੋਕੇਸੀ ਕਰ ਰਿਹਾ ਫੰਡਿੰਗ ਦੀ ਕਿ ਫੰਡਿੰਗ ਦੇ ਉਹ ਪ੍ਰੋਵਿੰਸ ਨੂੰ ਕਹਿ ਰਹੇ ਆ ਤੇ ਫੰਡਿੰਗ ਉਹ ਕਹਿੰਦੇ ਸਾਡੇ ਕੋਲ ਆ ਨਹੀਂ ਰਹੀ ਅਸੀਂ ਬਹੁਤ ਜ਼ਿਆਦਾ ਇਸ ਲੋਡ ਦੇ ਵਿੱਚ ਆ ਉਹ ਕਹਿੰਦੇ ਸਾਨੂੰ ਇਹ ਵੀ ਪਤਾ ਕਿ ਰੈਪਿਡ ਇਨਵੈਸਟਮੈਂਟ ਤੋਂ ਬਿਨਾ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਸਿਚੁਏਸ਼ਨ ਆਈ ਆ ਅਸੀਂ ਇਨਵੈਸਟਮੈਂਟ ਆਪਣੀ ਬਿਲਡਿੰਗਸ ਦੇ ਵਿੱਚ ਕਰਨੀ ਆ ਹੋਰ ਥਾਵਾਂ ਦੇ ਉੱਤੇ ਕਰਨੀ ਆ ਇਹ ਹੋ ਨਹੀਂ ਰਹੀ ਰੀਲੀਜ਼ ਇਹ ਆ ਰਹੀ ਆ ਡਿਸਟ੍ਰਿਕਟ ਨੇ ਇਹ ਵੀ ਕਿਹਾ ਕਿ 2200 ਹੋਰ ਨਿਆਣਾ ਸਤੰਬਰ ਦੇ ਵਿੱਚ ਜਿਹੜਾ ਐਡ ਹੋਇਆ 2200 ਨਿਆਣਾ ਹੁਣ ਉਹ 2200 99 ਨੇ ਪੜਨਾ ਕਿੱਥੇ ਸਰੀ ਦੇ ਵਿੱਚ ਸਕੂਲ ਕਿੰਨੇ ਵਧਿਆ ਕੀ ਉਹ 2200 ਦੇ ਹਿਸਾਬ ਨਾਲ ਵਧ ਗਿਆ ਜਾਂ ਕੀ ਉਹ ਵਧ ਸਕਦੇ ਇਹਦੇ ਲਈ ਕੀਤਾ ਕੀ ਜਾਣਾ ਚਾਹੀਦਾ ਦੋ ਤਿੰਨ ਟਰਮਾਂ ਤੱਕ ਐਨਡੀਪੀ ਨੂੰ ਵੀ ਹੋ ਗਈਆਂ ਹੁਣ ਜਿਹੜੀ ਡਿਸਟ੍ਰਿਕਟ ਦੇ ਵਿੱਚ ਜਿੰਨੇ ਸਾਲਾਂ ਦਾ ਸਾਲ ਪੋਪੂਲੇਸ਼ਨ ਵਧ ਰਹੀ ਆ ਉਹ ਗਰੋਥ ਕੀ ਉਹਦੇ ਹਿਸਾਬ ਨਾਲ ਹੋ ਰਹੀ ਆ ਹੁਣ ਚਿੰਤਾ ਦੀ ਗੱਲ ਇਹ ਆ ਕਿ ਕੱਲ ਅਸੀਂ ਤੁਹਾਡੇ ਨਾਲ ਖਬਰ ਕੀਤੀ ਕਿ ਸਰੀ ਹਸਪਤਾਲ ਦੇ ਡਾਕਟਰ ਕਹਿ ਰਹੇ ਆ ਸਾਡੇ ਕੋਲੇ ਇਨਫਰਾਸਟ੍ਰਕਚਰ ਹੈ ਨਹੀਂ ਸਾਡੇ ਕੋਲ ਇਹ ਸਹੂਲਤਾਂ ਹੈ ਨਹੀਂ ਮਰੀਜ਼ ਮਰ ਰਹੇ ਆ ਹਾਲਵੇ ਦੇ ਵਿੱਚ ਇਹ ਸ਼ਬਦ ਡਾਕਟਰਾਂ ਨੇ ਵਰਤੇ ਆ ਸਰੀਦਿਆਂ ਨੇ ਨਾਲ ਇਹ ਕਿਹਾ ਵੀ ਸਾਨੂੰ ਬੋਲਣ ਨਹੀਂ ਦਿੰਦੇ ਵੀ ਬਾਹਰ ਲੋਕਾਂ ਨੂੰ ਜਾ ਕੇ ਗੱਲਾਂ ਦੱਸਿਓ ਇੱਥੇ ਹੀ ਰਹਿਣ ਦਿਓ ਇਹਦਾ ਹੁਣ ਕੀ ਸਮਝਿਆ ਜਾਵੇ ਮੋਢਲੀਆਂ ਸਹੂਲਤਾਂ ਨੇ ਮਨੁੱਖੀਆਂ ਸਿਹਤ ਦੀ ਸਹੂਲਤ ਉਹਦੇ ਨਾਲ ਜਿਹੜੀ ਐਜੂਕੇਸ਼ਨ ਦੀ ਸਹੂਲਤ ਸਿਹਤ ਦੀ ਸਹੂਲਤ ਜਾਂ ਹੋਰ ਕਿਸੇ ਵੀ ਕੰਮ ਦੇ ਵਿੱਚ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੁੰਦਾ ਤੁਸੀਂ ਕਿਸੇ ਨੂੰ ਡਰਾਈਵਿੰਗ ਦੇ ਵਿੱਚ ਸਮਝੌਤਾ ਕਰੋਗੇ ਉਹ ਕਿਸੇ 'ਚ ਗੱਡੀ ਮਾਰ ਕੇ ਮਾਰ ਦੂਗਾ ਕੋਈ ਤੁਸੀਂ ਮਸ਼ੀਨ ਆਪਰੇਟਰ ਗਲਤ ਰੱਖ ਲਓਗੇ ਉਹ ਬੰਦਾ ਮਸ਼ੀਨ ਗਲਤ ਆਪਰੇਟ ਕਰਕੇ ਲੱਖਾਂ ਦਾ ਨੁਕਸਾਨ ਮਿਲੀਅਨ ਦਾ ਨੁਕਸਾਨ ਕਰ ਸਕਦਾ ਪਰ ਜਦੋਂ ਤੁਹਾਡੇ ਕੋਲ ਐਜੂਕੇਸ਼ਨ ਸਿਸਟਮ ਦੇ ਵਿੱਚ ਨੁਕਸ ਪੈ ਗਿਆ ਤੁਸੀਂ ਪੂਰੀ ਦੀ ਪੀੜ੍ਹੀ ਖਰਾਬ ਕਰ ਰਹੇ ਹੋ ਪੂਰੀ ਦੀ ਪੂਰੀ ਇੱਕ ਪੀੜ੍ਹੀ ਜਨਰੇਸ਼ਨ ਤੁਹਾਡੀ ਖਰਾਬ ਹੋ ਜਾਊਗੀ ਜਾ ਇਦਾਂ ਕਹਿ ਲਓ ਉਸ ਜਨਰੇਸ਼ਨ ਨੂੰ ਤੁਸੀਂ ਮੌਕਾ ਹੀ ਨਹੀਂ ਦੇ ਰਹਾ ਬਰਾਬਰ ਦਾ ਪੋਰਟੇਬਲ ਚ ਪੜ ਗਿਆ ਬੱਚਾ ਤੁਹਾਡੀ ਪੋਲਿਟਿਕਸ ਦਾ ਕੁਝ ਵੀ ਹੋ ਗਿਆ ਉਹ ਬੱਚਾ ਤਾਂ ਪੋਰਟੇਬਲ ਚ ਪੜ ਕੇ ਵੱਡਾ ਹੋ ਗਿਆ ਜਿਹਨੂੰ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਉਹਦੇ ਉਸ ਪੜ੍ਹਾਈ ਦਾ ਜ਼ਿੰਮੇਵਾਰ ਕੌਣ ਆ ਉਹ ਉਹਨੂੰ ਜਵਾਬ ਦੇ ਕੌਣ ਆ ਕਿ ਭਾਈ ਤੂੰ ਨਹੀਂ ਪੜ ਸਕਿਆ ਉਹਦੇ ਚ ਕਸੂਰ ਕਿਹਦਾ ਸੀ ਸਿਟੀ ਦਾ ਸੀ ਲੋਕ ਬਹੁਤ ਆਉਂਦੇ ਸੀ ਇਸ ਗੱਲ ਦਾ ਕਸੂਰ ਸੀ ਜਾਂ ਉਹਨਾਂ ਬੱਚਿਆਂ ਨੂੰ ਵੱਡਿਆਂ ਨੂੰ ਇਹ ਕਹੋਗੇ ਕਿ ਜਦੋਂ ਤੁਸੀਂ ਸੀਗੇ ਜੀ ਤੁਹਾਡੇ ਵੇਲੇ ਪਾਪੂਲੇਸ਼ਨ ਬਹੁਤ ਹੋ ਗਈ ਸੀ ਇਨਫਰਾਸਟ੍ਰਕਚਰ ਫਲਾਣ 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 ਫੰਡਿੰਗ ਨਹੀਂ ਸੀ ਹੁੰਦੀ ਇਸ ਕਰਕੇ ਤੁਸੀਂ ਪੋਰਟੇਬਲ ਚ ਪੜ ਜੇ ਹੁ ਇਹ ਕਿਹਾ ਜਾਂਦਾ ਵੀ ਪੋਰਟੇਬਲ ਵੀ ਕਲਾਸਰੂਮ ਹੀ ਆ ਵੀ ਇਹ ਇੱਕ ਸਮਝੌਤਾ ਤਾਂ ਫਿਰ ਇਹ ਮੰਨ ਲਓ ਵੀ ਪੋਰਟੇਬਲਸ ਬਰਾਬਰ ਆ ਦੂਜੀ ਕਲਾਸਰੂਮ ਦੇ ਉਹਨੂੰ ਰੀਅਲ ਕਲਾਸਰੂਮ এনवायरमेंट ਬੱਚੇ ਨੂੰ ਨਹੀਂ ਦੇਣਾ ਚਾਹੀਦਾ ਪੋਰਟੇਬਲਸ ਹੀ ਠੀਕ ਆ ਇਸ ਗੱਲ ਨੂੰ ਮੰਨਦੇ ਨਹੀਂ ਮਾਹਰ ਇਹ ਕਹਿੰਦੇ ਆ ਵੀ ਪੋਰਟੇਬਲ ਚ ਪੜਨ ਤੇ ਕਲਾਸਰੂਮ ਦੇ ਪੜਨ ਦੇ ਵਿੱਚ ਜ਼ਮੀਨ-ਸਮਾਨ ਦਾ ਫਰਕ ਆ ਸਾਡੇ ਕੋਲ ਇਨਫਰਾਸਟ੍ਰਕਚਰ ਹੋਣਾ ਚਾਹੀਦਾ 2200 ਸਟੂਡੈਂਟ ਜਿਹੜਾ ਆ ਗਿਆ ਪਿਛਲੇ ਸਾਲ ਅਗਲੇ ਸਾਲ ਹੋਰ ਆਣਾ ਤੇ ਜਿਹੜੇ 700 ਨਵੀਆਂ ਸਪੇਸਸ ਇੱਥੇ ਆਈਆਂ ਮਤਲਬ ਇਹ ਆ ਕਿ ਤੁਹਾਨੂੰ ਪੋਰਟੇਬਲ ਹੋਰ ਵਧਾਉਣੇ ਪ ਸੋ ਜੇ প্রভਿਨਸ਼ਲ ਗਵਰਨਮੈਂਟ ਨੇ 700 ਸਪੇਸ ਦਿੱਤੀ ਆ ਤੇ 2200 ਸਟੂਡੈਂਟ ਆ ਗਏ ਤੇ ਬਾਕੀ ਕਿੱਥੇ ਜਾਣਗੇ ਬਾਕੀ ਪੋਰਟੇਬਲਸ ਜਾਣਗੇ ਹੁਣ ਇਹ ਮਸਲਾ ਦੂਜੀ ਗੱਲ ਇਹ ਆ ਕਿ ਇਹ ਇੱਕ ਮੁੱਖ ਮੱਦਾ ਵੀ ਬਣਨਾ ਚਾਹੀਦਾ ਜਿਹੜਾ ਡਬਲ ਡੈਕਰ ਪੋਰਟੇਬਲਸ ਦਾ ਮੁੱਦਾ ਪਿਛਲੇ ਸਮੇਂ ਦੇ ਵਿੱਚ ਆਇਆ ਲਾਸਟ ਬੋਰਡ ਮੀਟਿੰਗ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਸੀ ਇਹਨਾਂ ਨੇ ਅਸਲੀ ਮੋਸ਼ਨ ਪਾਸ ਕਰ ਦਿੱਤਾ ਸੀ ਕਿ ਜਿਹੜੀ ਫਿਜ਼ਿਬਿਲਟੀ ਆ ਜਾਂ ਕਾਸਟ ਆਫ ਲਿਵਿੰਗ ਆ ਡਬਲ ਡੈਕਰ ਦੀ ਮਤਲਬ ਦੋ ਸਟੋਰੀ ਪੋਰਟੇਬਲਸ ਵੀ ਇੱਕ ਪੋਰਟੇਬਲ ਉਹਦੇ ਉੱਤੇ ਇੱਕ ਹੋਰ ਪੋਰਟੇਬਲ ਰੱਖਦੇ ਹੋ ਤੇ ਇਹਦੇਲੇ ਪਾਸੇ ਤੁਹਾਨੂੰ ਜਿਹੜਾ ਦੇਖਿਆ ਜਾਣਾ ਚਾਹੀਦਾ ਸੋ ਇਹ ਮਾਮਲਾ ਇੱਕ ਬਹੁਤ ਸੰਜੀਦਾ ਮਾਮਲਾ ਆ ਮੇਅਰ ਦਾ ਇਹ ਕਹਿਣਾ ਵੀ ਇਨਫਰਾਸਟ੍ਰਕਚਰ ਕ੍ਰਾਈਸਿਸ ਲੈਵਲ ਦੇ ਉੱਤੇ ਆ ਇਹ ਸੱਚਮੁੱਚ ਇੱਕ ਚਿੰਤਾ ਵਾਲੀ ਗੱਲ ਆ ਇਹਦਾ ਕੁਝ ਨਾ ਕੁਝ ਜ਼ਰੂਰ ਕੀਤਾ ਜਾਣਾ ਚਾਹੀਦਾ ਜਦੋਂ ਇਹ ਹਾਲਤ ਉਹਰ ਆਉਣ ਵਾਲੇ ਸਮੇਂ ਦੇ ਵਿੱਚ ਹਾਲਤ ਸੁਧਰਨ ਦੇ ਚਾਂਸ ਘਟ ਲੱਗਦੇ ਆ ਮਾੜੀ ਹੋਣ ਦੀ ਹੋਰ ਲੱਗਦੇ ਨੇ ਟੀਚਰ ਨਹੀਂ ਪੂਰੇ ਟੀਚਰ ਪੂਰੇ ਕਿਉਂ ਨਹੀਂ ਕਿਉਂਕਿ ਟੀਚਰ ਨੂੰ ਸਹੂਲਤਾਂ ਨਹੀਂ ਪੂਰੀਆਂ ਉਹਨੂੰ ਤਨਖਾਹ ਨਹੀਂ ਪੂਰੀ ਜਾਂ ਉਹਨੂੰ ਜੋ ਉਹਨੂੰ ਸਹੂਲਤਾਂ ਚਾਹੀਦੀਆਂ ਉਹ ਹੈ ਨਹੀਂ ਬੰਦੇ ਨੂੰ ਲੱਗਦਾ ਮੈਂ ਕਾਰ ਚਲਾ ਕੇ ਜ਼ਿਆਦਾ ਪੈਸੇ ਕਮਾ ਲੂੰਗਾ ਊਬਰ ਚਲਾ ਕੇ ਜਾਂ ਟੈਕਸੀ ਚਲਾ ਕੇ ਜਿੰਨੇ ਇੱਕ ਟੀਚਰ ਨੂੰ ਮਿਲਦੇ ਟੀਚਰ ਕਿਉਂ ਬਣੇ ਜਾਂ ਟੀਚਰ ਨੂੰ ਉਰੀ ਉਹ ਟੀਚਰ ਬਣਦੇ ਆ ਤੇ ਰਹਿੰਦੇ ਨਹੀਂ ਹੁਣ ਇਹਨਾਂ ਨੇ ਹੌਲੀ ਹੌਲੀ ਕਰਕੇ ਕੋਸ਼ਿਸ਼ ਸਕੂਲ ਡਿਸਟ੍ਰਿਕਟ ਨੇ ਕਹਿਤਾ ਵੀ ਜੇ ਤੁਹਾਡੇ ਕੋਲੇ ਪੜ੍ਹਾਈ ਪੂਰੀ ਨਹੀਂ ਵੀ ਆ ਨਾ ਤੁਸੀਂ ਟੀਚਿੰਗ ਦਾ ਕੋਰਸ ਨਹੀਂ ਕੀਤਾ ਤੁਸੀਂ ਆ ਜਾਓ ਪੜਾਉਣ ਲੱਗ ਜਾਓ ਜਿਹੜੇ ਹੁਣ ਅਨਟ੍ਰੇਨਡ ਅਨਸਰਟੀਫਾਈਡ ਬੰਦੇ ਪੜਾਉਣ ਲੱਗਣਗੇ ਨਿਆਣਿਆਂ ਨੂੰ ਕੀ ਉਹ ਨਿਆਣਿਆਂ ਦੇ ਨਾਲ ਇਨਸਾਫ ਹੋਊਗਾ ਤੁਸੀਂ ਜਿਦਾ ਮੈਂ ਪਹਿਲਾਂ ਜ਼ਿਕਰ ਕੀਤਾ ਇੱਕ ਇੰਜੀਨੀਅਰ ਮਸ਼ੀਨ ਦੇ ਨਾਲ ਗਲਤੀ ਕਰਕੇ ਮਸ਼ੀਨ ਖਰਾਬ ਕਰ ਸਕਦਾ ਜਿਹੜੀ ਕਿ ਜਿਹਦੀ ਪਰਪਾਈ ਹੋ ਸਕਦੀ ਹੈ ਉਹਨੂੰ ਦੁਬਾਰਾ ਬਣਾਇਆ ਜਾ ਸਕਦਾ ਉਹਦੀ ਇੱਕ ਕੀਮਤ ਆ ਇੱਕ ਆਸਟ ਆ ਲੱਖ ਡਾਲਰ ਮਿਲੀਅਨ ਡਾਲਰ ਇੱਕ ਨਿਆਣੇ ਨੂੰ ਤੁਸੀਂ ਉਹਦੇ ਨਾਲ ਜਸਸ ਨਹੀਂ ਕਰ ਰਹੇ ਅਨਟ੍ਰੇਡ ਬੰਦੇ ਦੇ ਹੱਥ ਦੇ ਵਿੱਚ ਉਹ ਨਿਆਣੇ ਦਾ ਫਿਊਚਰ ਦੇ ਰਹੇ ਆ ਤਾਂ ਇਹ ਲੱਗਦਾ ਕਿ ਇਸ ਗੱਲ ਦੇ ਉੱਤੇ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਜਿਹ ਪ੍ਰੋਜੈਕਸ਼ਨ ਆ ਅਗਲੇ 10 ਸਾਲਾਂ ਦੇ ਵਿੱਚ ਜਿਹੜੀ 1500 ਨਵੇਂ ਸਟੂਡੈਂਟਸ ਹਰ ਸਾਲ ਹੋਣਗੇ ਇੱਥੇ 1500 ਨਵੇਂ ਸਟੂਡੈਂਟ ਤੇ ਪਹਿਲੇ ਪੋਰਟੇਬਲ ਚ ਬੈਠੇ ਉਹ ਨਹੀਂ ਕਲਾਸਰੂਮਾਂ ਚ ਗਏ ਜਿਹੜੇ 1500 ਉਹ ਕਿੱਥੇ ਜਾਣਗੇ 10 ਸਕੂਲ ਚਾਹੀਦੇ ਆ 14 ਨਵੀਆਂ ਸਾਈਟਸ ਚਾਹੀਦੀਆਂ ਜਿਹੜੇ ਐਂਟੀਸਿਪੇਟ ਕੀਤੇ ਜਾ ਰਿਹਾ ਇਸ ਵੇਲੇ ਤੇ ਇੱਕ ਵੱਡਾ ਪਾਰਟ ਜਿਹੜਾ ਇਹ ਸਾਡੇ ਕੋਲ ਇਸ ਵੇਲੇ ਚਾਹੀਦਾ ਜਿਹੜਾ ਕਿ ਹੈ ਨਾ ਟੀਚਰ ਸਟੂਡੈਂਟ ਸਾਰਿਆਂ ਨੂੰ ਇਸ ਵੇਲੇ ਚੈਲੰਜਸ ਨੇ ਔਰ ਦੂਜੀ ਗੱਲ ਮਾਪਿਆਂ ਨੂੰ ਘਟੋ ਘਟੇ ਇਸ ਗੱਲਬਾਤ ਬਾਰੇ ਪੁੱਛਣਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਹੈ ਚਾਹੇ ਵੋਟਾਂ ਹੋਣ ਚਾਹੇ ਪ੍ਰੋਵੈਂਸ ਦੀਆਂ ਚਾਹੇ ਸਿਟੀਆਂ ਦੀਆਂ ਇਹਦੇ ਲਈ ਜਵਾਬਦੇ ਹੋਣਾ ਚਾਹੀਦਾ ਤੁਹਾਨੂੰ ਫਿਕਰ ਹੋਣਾ ਚਾਹੀਦਾ ਕਿ ਬੱਚੇ ਪੋਟੇਬਲ ਸਰੇ ਵਿੱਚ ਤੇ ਇੱਕ ਬਹੁਤ ਵੱਡੀ ਸੁਭਸਿਆ ਹੈ ਪੋਟੇਬਲ ਸਾਡੇ ਸਕੂਲਾਂ ਦਾ ਹਿੱਸਾ ਨੇ ਇਹਨੂੰ ਮਤਲਬ ਮਤਲਬ ਇਹਨੂੰ ਤੁਸੀਂ ਰੈਸਟ੍ਰੂਮ ਫੈਸਿਲਿਟੀ ਨਹੀਂ ਆ ਉੱਥੇ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬਾਹਰ ਜਾਣਾ ਜਾਂ ਉਹਦੀ ਲਾਇਬ੍ਰੇਰੀ ਕੈਫੇਟੇਰੀਆ ਇੱਕ ਸਕੂਲ ਦਾ এনवायरमेंट ਹੁੰਦਾ এনवायरमेंट ਤੇ ਬੈਸਟ ਹੋਣਾ ਚਾਹੀਦਾ ਇੱਥੇ ਕਿਉਂਕਿ ਦੇਸ਼ ਬੈਸਟ ਦਾ ਨੰਬਰ 1 ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਆ ਤੇ ਫਿਰ ਇੱਥੇ ਜੇ ਇਹ ਬੈਸਟ ਆ ਤਾਂ ਫਿਰ ਇੱਥੇ ਇਹ ਸਾਰਾ ਕੁਝ ਵੀ ਬੈਸਟ ਹੋਣਾ ਚਾਹੀਦਾ ਉਹ ਬੈਸਟ ਨਹੀਂ ਉਹ ਨਾਰਮਲ ਤੋਂ ਵੀ ਥੱਲੇ ਜਾ ਰਿਹਾ ਕਿ ਇੱਕ ਕਲਾਸਰੂਮ ਵੀ ਨਹੀਂ ਤੁਸੀਂ ਦੇ ਸਕਦੇ ਉਹਨੂੰ ਕ੍ਰਾਈਸਿਸ ਜਿਹੜਾ ਆ ਬਹੁਤ ਵੱਡਾ ਆ ਇਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਆ ਟੀਚਰ ਹੈ ਨਹੀਂ ਬੱਚਿਆਂ ਦੇ ਕੋਲ ਜਿਹੜੇ ਪੋਰਟੇਬਲਸ ਇਹ ਵੀ ਵੱਡਾ ਮੁੱਦਾ ਹੈ ਕਿ ਲੋਕ ਜਿਹੜੇ ਉਸ ਖਾਸ ਏਰੀਏ ਦੇ ਨੇ ਉਹ ਮੰਗ ਕੀ ਕਰ ਰਹੇ ਆ ਲੀਡਰਾਂ ਤੋਂ ਜਾਂ ਆਪਣੇ ਐਮ.ਐਲ.ਏ. ਜਾਂ ਜਿਹੜੇ ਦੂਜੇ ਹੈਗੇ ਉਹਨਾਂ ਦੇ ਕੋਲ ਵੈਨਕੂਵਰ ਦੇ ਵਿੱਚ ਕਿੰਨੇ ਪੋਰਟੇਬਲਸ ਨੇ ਸਰੀ ਦੇ ਵਿੱਚ ਕਿੰਨੇ ਪੋਰਟੇਬਲਸ ਨੇ ਉੱਥੇ ਕਿਉਂ ਨਹੀਂ ਤੇ ਇੱਥੇ ਕਿਉਂ ਆ ਇਹਦਾ ਜਵਾਬ ਕੌਣ ਦੇ ਸਕਦਾ ਸਿਰਫ਼ ਤੋਂ ਸਿਰਫ਼ ਇਹ ਕਹਿ ਕੇ ਵੀ ਪੋਪੂਲੇਸ਼ਨ ਬਹੁਤ ਆ ਜੀ ਲੋਕ ਬਹੁਤ ਆ ਰਹੇ ਆ ਸਰੀ ਦੇ ਵਿੱਚ ਇਹ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਆ ਕੋਈ ਉਥੇ ਕੈਪੀਟਲ ਫੰਡ ਚਾਹੀਦੇ ਸਕੂਲ ਡਿਸਟ੍ਰਿਕਟ ਨੂੰ ਕਿਹਨੇ ਦੇਣੇ ਆ ਪ੍ਰੋਵਿੰਸ ਨੇ ਦੇਣੇ ਆ ਆਮ ਵਿਅਕਤੀ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਅ ਪਿੱਛੇ ਜਿਹੜੇ ਆਹਾ ਬ੍ਰਿਟਿਸ਼ ਕੋਲੰਬੀਆ ਦੇ ਆਪਣੇ ਨੇ ਇਹ ਉਹਨਾਂ ਨੇ ਕਾਫੀ ਕ੍ਰਿਟਿਸਾਈਜ਼ ਕੀਤਾ ਇਹਨੂੰ ਜਿਹੜੀ ਐਮ ਐਲ اے ਨੇ ਅ ਐਲਨਸ ਟਰੱਕੋ ਸਰੀ ਸਾਊਥ ਤੋਂ ਐਮ ਐਲ اے ਨੇ ਤੇ ਇਹਦੇ ਬੀ ਸੀ ਯੂਨਾਈਟਿਡ ਦੇ ਐਜੂਕੇਸ਼ਨ ਕ੍ਰਿਟਿਕ ਨੇ ਉਹਨਾਂ ਨੇ ਕਾਫੀ ਕਿਹਾ ਕਿ ਬਹੁਤ ਇੱਕ ਕਨਸਰਨਿੰਗ ਚੀਜ਼ ਆ ਬਹੁਤ ਡੀਪਲੀ ਕਨਸਰਨਿੰਗ ਚੀਜ਼ ਆ ਔਰ ਕੰਪਲੀਟ ਫੇਲ ਹੋ ਰਹਾ ਹੈ ਸਾਡੀ ਸਰਕਾਰ ਦਾ ਇਸ ਮਾਮਲੇ ਦੇ ਉੱਤੇ ਇਹ ਵੀ ਪੱਕੀ ਗੱਲ ਆ ਕਿ ਜਦੋਂ ਲਿਬਰਲ ਸਰਕਾਰ ਕ੍ਰਿਸਟੀ ਕਲਾਰਕ ਸੀਗੀ ਐਸ ਪ੍ਰੀਮੀਅਰ ਸਾਡੀ ਤੇ ਲਿਬਰਲ ਦੀ ਸਰਕਾਰ ਸੀਗੀ ਉਸ ਵੇਲੇ ਐਨਡੀਪੀ ਇਹ ਕਹਿੰਦੀ ਸੀ ਕਿ ਪੋਰਟੇਬਲ 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 ਹੁਣ ਉਹ ਸਰਕਾਰ ਦੇ ਵਿੱਚ ਨੇ ਤੇ ਲਿਬਰਲ ਵਾਲੇ ਕਹਿ ਰਹੇ ਆ ਕਿ ਥਿਸ ਇਜ਼ ਕੰਪਲੀਟ ਫੇਲਰ ਪਰ ਅਸਲ ਦੇ ਵਿੱਚ ਇਹ ਸੱਚਮੁੱਚ ਫੇਲਰ ਆ ਇਹ ਜਨਰੇਸ਼ਨਸ ਜਿਹੜੀਆਂ ਉਹਦੇ ਉੱਤੇ ਇਫੈਕਟ ਪਊਗਾ ਤੁਹਾਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਹੈ ਜਾਂ ਨਹੀਂ ਹੈ ਪਰ ਇਹਦਾ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਵੱਡਾ ਅਸਰ ਪਊਗਾ ਘੱਟੋ-ਘੱਟ ਤੁਹਾਡੀ ਇਤਿਹਾਸ ਦੇ ਵਿੱਚ ਤੁਸੀਂ ਜਵਾਬਦੇ ਹੋਵੋਗੇ ਆਉਣ ਵਾਲੀ ਪੀੜ੍ਹੀ ਨੂੰ ਕਿ ਤੁਹਾਡੇ ਵੇਲਿਆਂ ਦੇ ਵਿੱਚ ਸਾਡੇ ਕੋਲੋਂ ਮਾਪੇ ਵੀ ਜਵਾਬਦੇ ਹੋਣਗੇ ਲੋਕ ਵੀ ਜਵਾਬਦੇ ਹੋਣਗੇ ਕਿ ਸਾਡੇ ਕੋਲ ਸਕੂਲ ਨਹੀਂ ਮੰਗੇ ਗਏ ਸਾਡੇ ਕੋਲ ਇਹ ਮੰਗ ਨਹੀਂ ਕੀਤੀ ਕਿ ਸਾਨੂੰ ਪਤਾ ਹੀ ਨਹੀਂ ਅਸੀਂ ਕਦੇ ਸਕੂਲੇ ਹੀ ਨਹੀਂ ਗਏ ਸੀ ਅਸੀਂ ਉੱਥੇ ਜਾ ਕੇ ਕਦੇ ਗੱਲ ਹੀ ਨਹੀਂ ਕੀਤੀ ਟੀਚਰ ਨਾਲ ਸਾਨੂੰ ਇਸ ਗੱਲ ਦਾ ਫਰਕ ਹੀ ਨਹੀਂ ਪਿਆ ਵੀ ਬੱਚਾ ਪੋਟੇਬਲ ਚ ਪੜ ਰਿਹਾ ਜਾਂ ਦੂਜੇ ਪਾਸੇ ਪੜ ਰਿਹਾ ਸਾਨੂੰ ਕੋਈ ਇਹਦਾ ਇਸ਼ੂ ਨਹੀਂ ਸੀ ਸਾਡਾ ਮਸਲਾ ਹੀ ਨਹੀਂ ਸੀ ਸਾਨੂੰ ਇਸ ਗੱਲ ਦੇ ਨਾਲ ਕਿ ਟੀਚਰ ਟ੍ਰੇਨਡ ਰੱਖੇ ਜਾ ਰਹੇ ਜਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਅਨਸਰਟਿਫਾਈਡ ਟੀਚਰ ਆ ਉਹਨਾਂ ਨੂੰ ਵੀ ਔਨ ਕਾਲ ਰੱਖਿਆ ਜਾ ਰਿਹਾ ਜਾਂ ਉਹਦੀਆਂ ਪੋਸਟਾਂ ਕੱਢੀਆਂ ਜਾ ਰਹੀਆਂ ਇਹ ਵੱਡੇ ਸਵਾਲ ਨੇ ਜਿਹਦੇ ਉੱਤੇ ਘਟੋ ਘਟ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਤੁਹਾਨੂੰ ਸਵਾਲ ਜ਼ਰੂਰ ਕਰਨੇ ਚਾਹੀਦੇ ਅਗਲੀ ਗੱਲ ਬਾਅਦ ਦੋਸਤੋ ਇੱਕ ਜੇਲ੍ਹ ਦੇ ਵਿੱਚ ਇੱਕ ਵਿਅਕਤੀ ਪ੍ਰिजन ਦੇ ਵਿੱਚ ਇੱਕ ਜਿਹੜੇ ਕਰੈਕਸ਼ਨ ਆਫੀਸਰ ਸੀਗੇ ਉਹਨਾਂ ਨੇ ਇੱਕ ਵਿਅਕਤੀ ਨੂੰ ਕਿੱਕਾ ਮਾਰੀਆਂ ਉਹਨੂੰ ਕੁੱਟਿਆ ਮਾਰਿਆ ਤੇ ਇੱਕ 12 ਮਿੰਟ ਦੀ ਵੀਡੀਓ ਸਾਹਮਣੇ ਆਈ ਹੈ ਉਸ ਵੀਡੀਓ ਦੇ ਵਿੱਚੋਂ ਬਹੁਤ ਕੁਝ ਪਤਾ ਲੱਗ ਰਿਹਾ ਇੱਕ ਜਿਹੜਾ ਬੰਦਾ ਆ ਉੱਥੇ ਜੇਲ ਦੇ ਵਿੱਚ ਆ ਤੇ ਉਹਨੂੰ ਫਰਸਟ ਨੇਸ਼ਨ ਦੇ ਨਾਲ ਇਹਦਾ ਸਬੰਧ ਆ ਤੇ ਉਹਦੇ ਉੱਤੇ ਚਾਰਜ ਲੱਗੇ ਆ ਤੇ ਉਹ ਵਿਅਕਤੀ ਜੇਲ ਦੇ ਵਿੱਚ ਆ ਇੱਕ ਜਿਹੜਾ ਕਲਿੱਪ ਸਾਹਮਣੇ ਆਇਆ ਡਿਨਾਰਡੋ ਉਹਦਾ ਨਾਮ ਆ ਉਹ ਖੜਾ ਆ ਹਾਲਵੇ ਦੇ ਵਿੱਚ ਪੋਰਟ ਕੈਟੇਅਰ ਇੰਸਟੀਚੂਸ਼ਨ ਦੇ ਵਿੱਚ ਮਈ 30 ਦੀ ਇਹ ਅਵਿਸ਼ੋ ਇਹ ਕਿਹਦੀ ਘਟਨਾ ਦੱਸੀ ਜਾ ਰਹੀ ਹੈ ਜਿਹੜੇ ਚਾਰ ਕਰੈਕਸ਼ਨਲ ਆਫੀਸਰ ਆ ਉੱਥੇ ਪਹੁੰਚਦੇ ਆ ਆ ਕੇ ਉਹਨੂੰ ਫੜਦੇ ਆ ਇੱਕ ਮਿੰਟ ਦੇ ਵਿੱਚ ਵਿੱਚ ਹੀ ਉਹਦੇ ਨਾਲ ਗੱਲਬਾਤ ਕਰਦੇ ਆ ਤੇ ਉਹਨੂੰ ਚੱਕ ਕੇ ਉਹਨੂੰ ਲੱਗਦੇ ਆ ਕਿ ਪੁਸ਼ ਕਰਨਾ ਚਾਹੁੰਦੇ ਆ ਪ੍ਰੀਜ਼ਨ ਸੈੱਲ ਦੇ ਵਿੱਚ ਰਾਤ ਨੂੰ ਕੁਝ ਸੈਕੰਡਸ ਤੱਕ ਲੱਗਦਾ ਹੈ ਕਿ ਉਹ ਅਫਸਰ ਕਾਮਯਾਬ ਹੋ ਗਏ ਉਹਨਾਂ ਨੇ ਧੱਕੇ ਦੇ ਨਾਲ ਉਹਨੂੰ ਅੰਦਰ ਸਿੱਟ ਕੇ ਤੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜਾ ਇੱਕ ਆ ਉਹ ਜਿਹੜਾ ਗਾਰਡ ਆ ਉਹ ਆਪਣੇ ਕਲੀਜ਼ ਨੂੰ ਇਸ਼ਾਰਾ ਵੀ ਕਰਦਾ ਵੀ ਤੁਸੀਂ ਇਹਨੂੰ ਬੰਦ ਕਰਦੇ ਉਹ ਬੰਦ ਕਰਨ ਵਾਲਾ ਜਿਹੜਾ ਮੋਟਰਾਈਜ਼ਡ ਰੋਡ ਆ ਤੇ ਉਹ ਮਤਲਬ ਕਰਾਲ ਕਰਦਾ ਹੋਇਆ ਬੰਦਾ ਬਾਹਰ ਨੂੰ ਆ ਜਾਂਦਾ ਹੱਥਾਂ ਤੇ ਗੋਡਿਆਂ ਦੇ ਨਾਲ ਤੇ ਫਿਰ ਉਹਨਾਂ ਦੋਹਾਂ ਦੀ ਉਹਨਾਂ ਦੀ ਸਟ੍ਰਗਲ ਹੋ ਜਾਂਦੀ ਇੱਕ ਬੰਦਾ ਉਹ ਆ ਤੇ ਚਾਰ ਉੱਥੇ ਪੁਲਿਸ ਵਾਲੇ ਨੇ ਉੱਥੇ ਦਿਖ ਰਿਹਾ ਕਿ ਉਹਨੂੰ ਲੱਤਾਂ ਮਾਰੀਆਂ ਜਾ ਰਹੀਆਂ ਉਹਨੂੰ ਕੁੱਟਿਆ ਜਾ ਰਿਹਾ ਉਹਨੂੰ ਬਾਹਾਂ ਤੋਂ ਫੜਿਆ ਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਨੂੰ ਮਲਟੀਪਲ ਟਾਈਮਸ ਮਤਲਬ ਉਹਦੇ ਨਾਲ ਇਹ ਕੁੱਟਮਾਰ ਕੀਤੀ ਗਈ ਕੋਈ ਸੈਕਿੰਡ ਲੰਘਦੇ ਆ ਉਦੀ ਬਾਡੀ ਜਿਹੜੀ ਆ ਲਗਭਗ ਇਦਾਂ ਹੋ ਜਾਂਦੀ ਉਹਦੇ ਵਿੱਚ ਫਸ ਗਈ ਆ ਡੋਰ ਦੇ ਵਿੱਚ ਤੇ ਉਹਦੇ ਤੋਂ ਬਾਅਦ ਉਹਨੂੰ ਪੁੱਲ ਕਰ ਲੈਂਦੇ ਬਾਅਦ ਦੇ ਵਿੱਚ ਤੇ ਉਹਨੂੰ ਜ਼ਮੀਨ ਦੇ ਉੱਤੇ ਉੱਥੇ ਫਲੋਰ ਦੇ ਉੱਤੇ ਲੰਮਾ ਪਾ ਲੈਂਦੇ ਆ ਤੇ ਫੇਰ ਉਹਨੂੰ ਕੁੱਟਦੇ ਆ ਤੇ ਇਹ ਵੀਡੀਓ ਜਿਹੜੀ ਜਦੋਂ ਸਾਹਮਣੇ ਆਈ ਆ ਤੇ ਉਹਨੂੰ ਮਤਲਬ ਉਸ ਤਰੀਕੇ ਦੇ ਨਾਲ ਉਹ ਉਹ ਕਹਿੰਦੇ ਮਾਨਸਿਕ ਉਹ ਜਿਹੜਾ ਸੰਕਟ ਦੇ ਵਿੱਚੋਂ ਲੰਘ ਰਿਹਾ ਕੁਮਾਨਸਿਕ ਉਸ ਵਿਅਕਤੀ ਦਾ ਸਮੱਸਿਆ ਆ ਤੇ ਉਹਨੂੰ ਇਸ ਤਰੀਕੇ ਦੇ ਨਾਲ ਕਟਿਆ ਗਿਆ ਤੇ ਐਕਸੈਸਿਵ ਫੋਰਸ ਉਹਦੇ ਉੱਤੇ ਯੂਜ਼ ਕੀਤੀ ਗਈ ਤੇ ਇਹ ਉਹਨੂੰ ਫੇਰ ਉਹ ਉੱਥੇ ਕੁੱਟਦੇ ਆ ਤੇ ਫੇਰ ਉਹਨੂੰ ਬਾਅਦ ਦੇ ਵਿੱਚ ਫੜ ਲੈਂਦੇ ਆ ਤੇ ਕਿਨੇ ਚਿਰ ਬਾਅਦ ਉਹਨੂੰ ਫੇਰ ਅੰਦਰ ਸੁੱਟ ਦਿੱਤਾ ਜਾਂਦਾ ਉਹ ਕਹਿੰਦਾ ਵੀ ਮੇਰੀ ਪੂਰੀ ਬਾਹ ਮੇਰੀ ਬੈਕ ਬਿਲਕੁਲ ਮਤਲਬ ਬਲੈਕਿਸ਼ ਪਰਪਲ ਹੋ ਗਈ ਆ ਇਸ ਇੰਜਰੀ ਦੇ ਨਾਲ 8 ਦਿਨ ਤੋਂ ਬਾਅਦ ਨਰਸ ਉੱਥੇ ਆਉਂਦੀ ਆ ਉਹਦੀ ਬਾਹ ਨੂੰ ਦੇਖਦੀ ਆ ਤੇ ਉਹਨੂੰ ਫਿਰ ਕਹਿੰਦੀ ਆ ਵੀ ਤੈਨੂੰ ਐਕਸ-ਰੇ ਦੀ ਲੋੜ ਆ ਉਹਦੇ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਕਰੈਕਸ਼ਨਲ ਆਫੀਸਰ ਦੇ ਜੋ ਕੁਝ ਮੇਰੇ ਨਾਲ ਕੀਤਾ ਉਹਦੀ ਜਿਹੜੀ ਜਿਹੜੀ ਬਾਹ ਆ ਉਹ ਫ੍ਰੈਕਚਰ ਹੋ ਗਈ ਆ ਟੁੱਟ ਗਈ ਆ ਉਹਨੂੰ ਹੀਲ ਹੋਣ ਦੇ ਲਈ ਸ਼ਮਾ ਲੱਗਣਾ ਆ ਜਿਹੜੇ ਉੱਥੋਂ ਦੇ ਕਰੈਕਸ਼ਨਲ ਸਰਵਿਸ ਕੈਨੇਡਾ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਉਹ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਨਸੀਡੈਂਟ ਹੋਇਆ ਜਿਹਦੇ ਵਿੱਚ ਉਹਦੇ ਉੱਤੇ ਕਾਫੀ ਜ਼ਿਆਦਾ ਫੋਰਸ ਯੂਜ਼ ਕੀਤੀ ਗਈ ਆ ਉਹ ਕਹਿੰਦੇ ਅਸੀਂ ਇਨਵੈਸਟੀਗੇਸ਼ਨ ਕੀਤੀ ਆ ਤੇ ਇਨਸੀਡੈਂਟ ਨੂੰ ਕੰਕਲੂਡ ਕੀਤਾ ਕਿ ਜਿਹੜੀ ਉੱਥੇ ਇਹ ਫੋਰਸ ਯੂਜ਼ ਕੀਤੀ ਹੈ ਮਤਲਬ ਉਸ ਬੰਦੇ ਨੂੰ ਕੁੱਟਿਆ ਮਾਰਿਆ ਗਿਆ ਇਹ ਠੀਕ ਨਹੀਂ ਸੀ ਡਿਸਪਲਿਨਰੀ ਇਨਵੈਸਟੀਗੇਸ਼ਨ ਵੀ ਕੀਤੀ ਗਈ ਹੈ ਇਹਦੀ ਤੇ ਜਿਹਦੇ ਤੋਂ ਬਾਅਦ ਕਾਫੀ ਜਿਹੜੇ ਯਤਨ ਕੀਤੇ ਗਏ ਆ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਪਰ ਇਹ ਵੀ ਪਤਾ ਲੱਗਿਆ ਹੈ ਕਿ ਜਿਹੜੇ ਆਫੀਸਰ ਸਗੇ ਹਜੇ ਵੀ ਉੱਥੇ ਉਹ এমਪਲॉयਜ਼ ਨੇ ਤੇ ਜਿਹੜਾ ਸੀਐਸਸੀ ਆ ਉਹਨਾਂ ਨੇ ਇਸ ਗੱਲਬਾਤ ਉੱਤੇ ਕਮੈਂਟ ਨਹੀਂ ਕੀਤਾ ਪਰ ਕੋਸ਼ ਸੋਰਸਸ ਦੱਸ ਰਿਹਾ ਵੀ ਕੀਤਾ ਕੁਛ ਨਹੀਂ ਗਿਆ ਬੰਦੇ ਉਸੇ ਤਰ੍ਹਾਂ ਉੱਥੇ ਨੌਕਰੀ ਕਰ ਰਹੇ ਆ ਜਿਹੜੀ ਡਿਨਾਰਡੋ ਜਿਹਨੂੰ ਕੁੱਟਿਆ ਗਿਆ ਸੀ ਉਹਦੀ ਜਿਹੜੀ ਵਕੀਲ ਨੇ ਉਹਨਾਂ ਨੇ ਦੱਸਿਆ ਆ ਕਿ ਕਰੈਕਸ਼ਨਲ ਆਫੀਸਰ ਜਿਹੜੇ ਆ ਉਹ ਲਗਾਤਾਰ ਉਹਦੇ ਉਲਟ ਫੋਰਸ ਯੂਜ਼ ਕਰਦੇ ਰਹੇ ਭਾਵੇਂ ਉਹਨੂੰ ਕੁੱਟਦੇ ਮਾਰਦੇ ਰਹੇ ਆ ਤੇ ਹੁਣ ਜਿਹੜੀ ਇਸ ਗੱਲਬਾਤ ਦੀ ਤਫ਼ਤੀਸ਼ ਦੀ ਹੋਰ ਗੱਲਬਾਤ ਉੱਠ ਰਹੀ ਆ ਇਸ ਵੀਡੀਓ ਦੇ ਸਾਹਮਣੇ ਆਉਣਾ ਕਈ ਸਵਾਲ ਪੈਦਾ ਕਰਦਾ ਅਗਲੀ ਗੱਲਬਾਤ ਦੋਸਤੋ ਇੱਕ ਖਬਰ ਆ ਜਿਹੜੀ ਨੈਸ਼ਨਲ ਡਾਟਾ ਸਾਹਮਣੇ ਆਇਆ ਜਿਹਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਕੈਨੇਡੀਅਨ ਟੀਨੇਜਰ ਆ 13 ਸਾਲਾਂ ਤੋਂ ਲੈ ਕੇ 19 ਸਾਲਾਂ ਤੱਕ ਈ ਸਿਗਰਟ ਬਹੁਤ ਜ਼ਿਆਦਾ ਪੀ ਰਹੇ ਆ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਈ ਸਿਗਰਟ ਕੋ ਟੀਨੇਜਰ ਪੀ ਰਹੇ ਆ ਤਾਂ ਕੈਨੇਡਾ ਦੇ ਵਿੱਚ ਪੀ ਰਹੇ ਆ ਈ ਸਿਗਰਟ ਜਿਹੜੀ ਨਵੇਂ ਤਰ੍ਹਾਂ ਦੀਆਂ ਸਿਕਟਾਂ ਪੀਣ ਨੂੰ ਉਹਦੇ ਵਿੱਚ ਪਾ ਕੇ ਕੁਝ ਤੇ ਕਿੰਨਾ ਕੁਝ ਕਰਦੇ ਆ ਇਹਦੇ ਉੱਤੇ ਐਕਸ਼ਨ ਕੋਈ ਨਹੀਂ ਲਿਆ ਜਾ ਰਿਹਾ ਫੈਡਰਲ ਸਰਕਾਰ ਇਸ ਅਵੇਲੇਬਿਲਟੀ ਬਹੁਤ ਜ਼ਿਆਦਾ ਜਿਹੜੀ ਫਲੇਵਰਡ ਵੇਪਸ ਹੈਗੀ ਆ ਉਹ ਇਹ ਕ੍ਰਾਈਸ਼ਸ ਨੂੰ ਹੋਰ ਵਧਾਰ ਰਹੀ ਹੈ ਲੋਕਤਾਂ ਲੋ ਸਿਗਰਟ ਪੀਂਦੇ ਹੋਰ ਤਰੀਕੇ ਨਾਲ ਉਹਨਾਂ ਵਿੱਚੋਂ ਕਈ ਤਰ੍ਹਾਂ ਦੀਆਂ ਮਹਿਕ ਜੀ ਆਉਂਦੀ ਹੈ ਉਹਦੇ ਵਿੱਚੋਂ ਉਹ ਉਸ ਕਿਸਮ ਦੀ ਜਿਹਨੂੰ ਵੇਪਿੰਗ ਕਹਿੰਦੇ ਆ ਉਹ ਵੀ ਕਰ ਰਹੇ ਆ ਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਤੁਸੀਂ ਇਹ ਸੋਚੋ ਵੀ ਕਿੱਥੇ ਤੱਕ ਇਹ ਗਿਣਤੀ ਪਹੁੰਚ ਚੁੱਕੀ ਹੈ ਜਿਹੜੇ ਕੈਨੇਡੀਅਨ ਸਟੂਡੈਂਟ ਟਬੈਕੋ ਅਲਕੋਹਲ ਐਂਡ ਡਰੱਗ ਸਰਵੇ ਆ ਉਹਨਾਂ ਨੇ ਦੱਸਿਆ 61000 96 ਟੀਨੇਜਰ ਜਿਹੜੇ 7ਵੀਂ ਤੋਂ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਆ ਨੌ ਪ੍ਰੋਵਿੰਸਸ ਦੇ ਵਿੱਚ ਸਤੰਬਰ 2021 ਤੋਂ ਲੈ ਕੇ ਜੂਨ 2022 ਤੱਕ ਸਰਵੇ ਕੀਤਾ ਤੇ ਉਹਦੇ ਵਿੱਚੋਂ ਪਤਾ ਇਹ ਲੱਗਾ ਕਿ 29% ਕੈਨੇਡੀਅਨ ਸਟੂਡੈਂਟ ਜਿਹੜੇ ਈ-ਸਿਗਰਟਾਂ ਪੀਂਦੇ ਆ। ਮਤਲਬ ਹੁਣ ਅੰਦਾਜ਼ਾ ਲਾ ਲਓ ਤੁਸੀਂ 100 ਦੇ ਵਿੱਚੋਂ 29 ਜਣੇ ਲਗਭਗ ਦਸਾਂ ਚੋਂ ਤਿੰਨ ਜਣੇ ਜਿਹੜੇ 7ਵੀਂ ਤੋਂ 12ਵੀਂ ਤੱਕ ਪੜ੍ਹਦੇ ਆ ਉਹ ਇਹ ਈ-ਸਿਗਰਟ ਪੀਂਦੇ ਆ। ਇਹ ਦੱਸਦੇ ਆ ਕਿ ਜਿਹੜਾ ਥੋੜਾ ਜਿਹਾ ਇਹ 34% ਸੀਗਾ 18-19 ਦੇ ਵਿੱਚ ਉਹ ਤੋਂ ਥੋੜਾ ਜਿਹਾ ਥੱਲੇ ਆ ਤੇ ਜਿਹੜੀ 올ਡਰ ਏਜ ਆ ਉੱਥੇ 41% ਆ ਅਡਲਟਸ ਦੇ ਵਿੱਚ 10ਵੀਂ ਤੋਂ 12ਵੀਂ ਵਾਲੇ ਉਹਦੇ ਤੋਂ ਥੋੜਾ ਜਿਹਾ ਹੋਰ ਤਰੀਕੇ ਨਾਲ ਦੱਸਿਆ ਜਾ ਰਿਹਾ ਈ ਸਿਗਰਟ ਲਗਾਤਾਰ ਇਹ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ 17% ਸਟੂਡੈਂਟ ਉਹਨਾਂ ਨੇ ਈ ਸਿਗਰਟ ਪਿਛਲੇ ਮਹੀਨੇ ਦੇ ਵਿੱਚ ਕਿਤੇ ਨਾ ਕਿਤੇ ਯੂਜ਼ ਕੀਤੀ ਆ ਤੇ ਇਹ ਪਹਿਲਾਂ 18 ਦੇ ਵਿੱਚ ਕਹਿੰਦੇ ਸੀ 20% ਆ ਉਹ ਤੋਂ ਥੋੜੀ ਥੱਲੇ ਦੱਸੀ ਜਾ ਰਹੀ ਹੈ ਜਿਹੜਾ ਰੋਜ਼ਾਨਾ ਦਾ ਵੇਪਿੰਗ ਰੇਟ ਆ 8% ਆ ਸਟੂਡੈਂਟਸ ਦੇ ਵਿੱਚ ਸਰਵੇ ਦੇ ਵਿੱਚ ਇਹ ਵੀ ਦੱਸਿਆ ਗਿਆ 12% ਜਿਹੜੇ ਦੂਜੇ ਹੈਗੇ ਆ 10 ਤੋਂ 10ਵੀਂ ਤੋਂ 12ਵੀਂ ਤੱਕ ਪੜਨ ਵਾਲੇ ਉਹਨਾਂ ਦੇ ਵਿੱਚ ਇਹ ਗ੍ਰੇਡ ਦੱਸਿਆ ਗਿਆ ਸੱਚਮੁੱਚ ਚਿੰਤਾ ਵਾਲੀ ਗੱਲ ਆ ਈ ਸਿਗਰਟ ਦਾ ਵੇਪਿੰਗ ਦਾ ਬੱਚੇ ਆਮ ਤੌਰ ਤੇ ਕਹਿ ਦਿੰਦੇ ਇਹਦਾ ਨੁਕਸਾਨ ਕੋਈ ਨਹੀਂ ਇਹਦੇ ਵਿੱਚ ਤਬਾਕੂ ਨਹੀਂ ਆ ਤੇ ਇਹ ਕੋਈ ਹਾਰਮ ਨਹੀਂ ਕਰਦੀ ਇਹ ਵੈਸੀ ਆ ਪਰ ਕੋਈ ਵੀ ਚੀਜ਼ ਜਿਹੜੀ ਅਨੈਚੁਰਲ ਤੁਸੀਂ ਧੂੰਆਂ ਅੰਦਰ ਲੈ ਕੇ ਜਾਂਦੇ ਆ ਜਾਂ ਉਹਨੂੰ ਯੂਜ਼ ਕਰਦੇ ਆ ਇਹ ਠੀਕ ਨਹੀਂ ਆ ਤੇ ਇਹ ਇੱਕ ਜਿਹੜੀ ਆ ਇੱਕ ਹੁਣ ਇਹਨੂੰ ਕਈ ਲੋਕ ਇਸ ਕਰਕੇ ਵੀ ਵਰਤੇ ਵੀ ਜੇ ਕੋਈ ਸਿਕਟਾਂ ਪੀਣ ਤੇ ਲੱਗਾ ਤੇ ਉਹਨੂੰ ਛੱਡਣਾ ਤੇ ਇਧਰਲੇ ਪਾਸੇ ਆ ਜਵੇ ਟਾਈਮ ਸਕੁਅਰ ਨਿਊਯਾਰਕ ਸ਼ਹਿਰ ਸਿਟੀ ਦੇ ਵਿੱਚ 31 ਮਾਰਚ 2020 ਨੂੰ ਵੇਪਿੰਗ ਨੂੰ ਇਦਾਂ ਮਾਰਕੀਟ ਕੀਤਾ ਗਿਆ ਸੀ ਵੀ ਇਹ ਇਫੈਕਟਿਵ ਵੇਅ ਆ ਸਮੋਕਿੰਗ ਛੱਡਣ ਦੇ ਲਈ ਪਰ ਜਿਹੜੀ ਈ ਸਿਗਰਟ ਆ ਉਹ ਅਪਰੂਵ ਨਹੀਂ ਕੀਤਾ ਸਮੋਕਿੰਗ ਜਿਹੜੀ ਸਜੇਸ਼ਨ ਐਡਸ ਦੇ ਲਈ ਕੈਨੇਡਾ ਦੇ ਵਿੱਚ ਵੀ ਇਹਨੂੰ ਕਹਿੰਦੇ ਆ ਵੀ ਇਹ ਤੁਸੀਂ ਸਿਗਰਟ ਪੀਣੇ ਵੀ ਸਿਗਰਟ ਪੀਣ ਦਾ ਭੋਸੇ ਹੀ ਆ ਨਸ਼ਾ ਤੇ ਉਹਦੇ ਨਾਲ ਕੀ ਹੋਣਾ ਵੀ ਉਹ ਤੁਸੀਂ ਵੈਸੇ ਹੀ ਇਹ ਫੋਕਸ ਸਿਗਰਟ ਜੀ ਪੀ ਲਓ ਜਿਹਦੇ ਵਿੱਚ ਤਮਾਕੂ ਹੈ ਨਹੀਂ ਇਹਦੇ ਨਾਲ ਬਚਾਅ ਹੋ ਜੂਗਾ ਪਰ ਕੈਨੇਡਾ ਦੇ ਵਿੱਚ ਇਹਨੂੰ ਅਪਰੂਵਲ ਨਹੀਂ ਦਿੱਤੀ ਗਈ ਸੀ ਐਕਸਪਰਟਸ ਇਹ ਵੀ ਕਹਿੰਦੇ ਆ ਕਿ ਹੈਲਥ ਕੈਨੇਡਾ ਜਿਹੜੀ ਆ ਉਹ ਇਹਨੂੰ ਪ੍ਰੋਪੋਜ਼ਲ ਦੇ ਉੱਤੇ ਦੇਖ ਰਹੀ ਆ ਕਿ ਕਿਸ ਤਰੀਕੇ ਨਾਲ ਇਹਨੂੰ ਰੈਗੂਲੇਟ ਕਿਦਾਂ ਕੀਤਾ ਜਾਣਾ ਜਿਹੜਾ ਨੈਸ਼ਨਲ ਰੈਗੂਲੇਸ਼ਨ ਕੋਈ ਹੈ ਨਹੀਂਗਾ ਤਾਂ ਬਹੁਤ ਸਾਰੇ ਟੈਰੀਟਰੀ ਦੇ ਪ੍ਰੋਵਿੰਸਸ ਇਸ ਦੇ ਉੱਤੇ ਐਕਸ਼ਨ ਲਾ ਰਹੇ ਆ ਜਿਵੇਂ ਨਾਰਥ-ਵੈਸਟ ਟੈਰੀਟਰੀਜ਼ ਨੇ ਨਨਾਵਟ ਨੋਵਾ ਸਕੋਸ਼ੀਆ ਨਿਊ ਬ੍ਰਾਂਸਵਿਕ ਪ੍ਰਿੰਸ ਐਡਵਰਡ ਆਈਲੈਂਡ ਕਵੈਕ ਉਹਨਾਂ ਨੇ ਜਿਹੜੀ ਈ ਸਿਗਰਟ ਦੀ ਜਿਹੜੇ ਫਲੇਵਰ ਸਿਗਰਟਾਂ ਦੇ ਉੱਤੇ ਬੈਨ ਕੀਤਾ ਆ ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਯੂਥ ਦੇ ਵਿੱਚ ਵੇਪਿੰਗ ਨੂੰ ਉਹ ਬੰਦ ਕਰਨਾ ਚਾਹੁੰਦੇ ਆ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਆਪਾਂ ਫੇਰ ਆਜ਼ ਰੋਵਾਂਗੇ ਕੁਝ ਕੱਲ ਦੇ ਨਵੇਂ ਮੁੱਦਿਆਂ ਦੇ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ